हेलो स्टूडेंट, स्वागत है तुहाडा पंजाब जीके दी अगली वीडियो विच, जिस विच असीं महाराजा रणजीत सिंह दे अगले जिंदगी जो है उहदे बारे अज स्टडी करांगे। इस तों पिछे महाराजा रणजीत सिंह दी जीवनी बारे असीं स्टडी करके आ चुके हां। हुण जिहड़ा अगला टॉपिक असीं लिया है उह है महाराजा रणजीत सिंह दीआं मुंडलियां जित्तां, ठीक है। ते इसे तरह आपां टॉपिक जिहड़े हैगे आ सीरियल वाइज करदे जावांगे। सब तों पहला है महाराजा रणजीत सिंह दीआं मुंडलियां जित्तां। 1797 ਵਿੱਚ ਤੁਹਾਨੂੰ ਪਤਾ ਹੈ ਮਹਾਰਾਜਾ ਰਣਜੀਤ ਸਿੰਘ ਜਿਹੜੇ ਸੀ ਉਹ ਸ਼ੁਕਰ ਚੱਕੀਆਂ ਮਿਸਲ ਦੀ ਵਾਗਡੋਰ ਉਹਨਾਂ ਨੇ ਆਪਣੇ ਹੱਥਾਂ ਵਿੱਚ ਲਈ ਸੀ। ਵਾਗਡੋਰ ਲੈਣ ਦਾ ਕਾਰਨ ਕੀ ਸੀ ਹੈਗਾ, 1792 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੋ ਮਹਾ ਸਿੰਘ ਸਨ ਉਹਨਾਂ ਦੀ ਡੈਥ ਹੋ ਜਾਂਦੀ ਹੈ। ਡੈਥ ਹੋਣ ਤੋਂ ਬਾਅਦ 1792 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਸਾਰੀਆਂ ਦੇ ਸਾਰੇ ਸ਼ਕਤੀਆਂ ਉਸ ਮਿਸਲ ਦੀਆਂ ਤਾਂ ਸੌਂਪ ਦਿੱਤੀਆਂ ਜਾਂਦੀਆਂ ਹਨ, ਲੇਕਿਨ ਮਹਾਰਾਜਾ ਰਣਜੀਤ ਸਿੰਘ ਦੇ ਨਾਬਾਲਗ ਹੋਣ ਕਰਕੇ ਜਿਹੜਾ ਰਾਜ ਪ੍ਰਬੰਧ ਹੈ ਉਹ ਤਿੱਕੜੀ ਦੇ ਦੁਆਰਾ ਚਲਾਇਆ ਜਾਂਦਾ ਹੈ। ਤੇ ਤਿੱਕੜੀ ਆਪਾਂ ਕੱਲ ਵੀ ਡਿਸਕਸ ਕੀਤੀ ਸੀ, ਤਿੱਕੜੀ ਦੇ ਵਿੱਚ ਉਹਨਾਂ ਦੀ ਮਾਤਾ ਆਏਗੇ, ਮਾਤਾ ਰਾਜ ਕੌਰ ਜੀ, ਜਿਹਨਾਂ ਨੂੰ ਮਾਈ ਮਲਵੈਣ, ਕਿਉਂਕਿ ਆਪਾਂ ਨਾਲ ਰਿਵਾਈਜ਼ ਵੀ ਕਰ ਸਕਦੇ ਇਹਨਾਂ ਨੂੰ, ਦੇਖੋ ਮਾਈ ਮਲਵੈਣ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਮਾਲਵੇ ਦੇ ਇਲਾਕੇ ਦੀ ਸਨ। ਉਸ ਤੋਂ ਬਾਅਦ ਉਹਨਾਂ ਦੀ ਜੋ ਸੱਸ ਸੀ, ਸੱਸ ਸਦਾ ਕੌਰ ਅਤੇ ਦੀਵਾਨ ਲਖਪਤ ਰਾਏ, ਇਹਨਾਂ ਦੇ ਹੱਥ ਵਿੱਚ ਵਾਗਡੋਰ ਸੀ, ਠੀਕ ਹੈ। ਲੇਕਿਨ ਹੁਣ ਤਾਂ ਵੇਖੋ ਤਾਂ ਹੁਣ ਦੀਵਾਨ ਲਖਪਤ ਰਾਏ ਜੋ ਸਨ ਉਹਨਾਂ ਦੀ ਵੀ ਡੈਥ ਹੋ ਚੁੱਕੀ ਸੀ, ਮਾਤਾ ਰਾਜ ਕੌਰ ਦੀ ਵੀ ਡੈਥ ਹੋ ਚੁੱਕੀ ਸੀ, ਅਤੇ ਮਹਾਰਾਜਾ ਰਣਜੀਤ ਸਿੰਘ ਜਿਹੜੇ ਸੀ ਉਹਨਾਂ ਨੇ 1797 ਵਿੱਚ ਜਿਹੜੀ ਵਾਗਡੋਰ ਸੀ ਉਹ ਆਪਣੇ ਹੱਥਾਂ ਵਿੱਚ ਲੈ ਲਈ, ਠੀਕ ਹੈ। ਲੇਕਿਨ ਉਹਨਾਂ ਦੀ ਜੋ ਸੱਸ ਸੀ ਸਦਾ ਕੌਰ ਉਹ ਲਗਾਤਾਰ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਜੋ ਹੈ ਉਹ ਵਧੀਆ ਭੂਮਿਕਾ ਜਿਹੜੀ ਸੀ ਉਹ ਨਿਭਾਉਂਦੀ ਸੀ। ਹੁਣ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਵਾਗਡੋਰ ਆਉਂਦੀ ਹੈ ਤਾਂ ਉਹਨਾਂ ਦੇ ਕੋਲ ਇਲਾਕੇ ਸਨ ਗੁਜਰਾਂਵਾਲਾ, ਵਜ਼ੀਰਾਬਾਦ, ਪਿੰਡ ਦਦਾਨ ਖਾਂ, ਠੀਕ ਹੈ। ਲੇਕਿਨ ਆਪਣੇ ਆਪ 'ਚ ਸੰਤੁਸ਼ਟ ਨਹੀਂ ਸਨ, ਕਿਉਂਕਿ ਤੁਹਾਨੂੰ ਪਤਾ ਹੀ ਹੈ ਮਹਾਰਾਜਾ ਰਣਜੀਤ ਸਿੰਘ ਇੱਕ ਮਹੱਤਵਕਾਂਸ਼ੀ ਰਾਜਾ ਨੇ ਜੋ ਪੂਰੇ ਪੰਜਾਬ ਦੇ ਉੱਤੇ ਅਧਿਕਾਰ ਜਿਹੜਾ ਸੀ ਉਹ ਕਰਨਾ ਚਾਹੁੰਦੇ ਸਨ। ਪੰਜਾਬ ਨੂੰ ਛੱਡ ਕੇ ਉਹ ਤਾਂ ਅਫਗਾਨ ਪ੍ਰਦੇਸ਼ਾਂ ਦੇ ਉੱਤੇ ਵੀ ਰਾਜ ਕਰਨ ਦੀ ਜੋ ਹੈ ਉਹ ਸੋਚਦੇ ਹਨ, ਠੀਕ ਹੈ। ਇਸ ਤਰ੍ਹਾਂ ਕਿਉਂਕਿ ਉਹਨਾਂ ਦੀ ਇੱਛਾਵਾਂ ਜ਼ਿਆਦਾ ਸੀ, ਇਸ ਕਰਕੇ ਉਸ ਦੇ ਅਕੋਰਡਿੰਗ ਉਹਨਾਂ ਨੇ ਵਰਕ ਕਰਨਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਆਉਂਦੀ ਹੈ ਲਾਹੌਰ ਦੀ ਜਿੱਤ। ਹੁਣ ਲਾਹੌਰ ਦੇ ਉੱਤੇ ਰਾਜ ਸੀ ਭੰਗੀ ਸ਼ਾਸਕਾਂ ਦਾ। ਭੰਗੀ ਸਰਦਾਰਾਂ ਦੇ ਕੁਸ਼ਾਸਨ ਤੋਂ ਤੰਗ ਆ ਕੇ ਉੱਥੋਂ ਦੇ ਜਿਹੜੇ ਲੋਕ ਸਨ ਉਹਨਾਂ ਦੇ ਦੁਆਰਾ ਮਹਾਰਾਜਾ ਰਣਜੀਤ ਸਿੰਘ ਨੂੰ ਸੱਦਾ ਭੇਜਿਆ ਜਾਂਦਾ ਹੈ, ਠੀਕ ਹੈ, ਕਿ ਮਹਾਰਾਜਾ ਰਣਜੀਤ ਸਿੰਘ ਨੂੰ ਉਹਨਾਂ ਦੀ ਮਦਦ ਵਾਸਤੇ ਬੁਲਾਇਆ ਜਾਂਦਾ ਹੈ। ਹੁਣ ਮਹਾਰਾਜਾ ਰਣਜੀਤ ਸਿੰਘ ਇੱਕ ਤਾਂ ਲੋਕਾਂ ਦੇ ਸੱਦੇ 'ਤੇ ਆਉਂਦੇ ਹਨ, ਦੂਸਰਾ ਮਹਾਰਾਜਾ ਰਣਜੀਤ ਸਿੰਘ ਖੁਦ ਵੀ ਲਾਹੌਰ 'ਤੇ ਕਬਜ਼ਾ ਕਰਨਾ ਚਾਹੁੰਦੇ ਸਨ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਕਸੂਰ ਦਾ ਹਾਕਮ ਜੋ ਹੈ ਨਿਜ਼ਾਮੂਦੀਨ ਉਹ ਵੀ ਲਾਹੌਰ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਸ ਤੋਂ ਪਹਿਲਾਂ ਕਿ ਕਸੂਰ ਦਾ ਸ਼ਾਸਕ ਉੱਥੇ ਹਮਲਾ ਕਰਦਾ, ਮਹਾਰਾਜਾ ਰਣਜੀਤ ਸਿੰਘ ਦੇ ਦੁਆਰਾ ਹਮਲਾ ਕਰ ਲਿਆ ਜਾਂਦਾ। ਉਹਨਾਂ ਦੇ ਦੁਆਰਾ ਜਿਹੜੇ ਉੱਥੋਂ ਦੇ ਲੋਕ ਸਨ, ਪ੍ਰਜਾ ਸੀ, ਉਹਨਾਂ ਦੇ ਨਾਲ ਗੰਢ ਧੁੱਪ ਕਰ ਲਈ ਜਾਂਦੀ ਹੈ ਅਤੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਜਦੋਂ ਵੀ ਮੈਂ ਇਸ 'ਤੇ ਹਮਲਾ ਕਰਨ ਆਵਾਂ ਤੁਹਾਡੇ ਦੁਆਰਾ ਜੋ ਗੇਟ ਹੈ ਉਹ ਖੋਲ੍ਹ ਦਿੱਤਾ ਜਾਏਗਾ ਕਿਲ੍ਹੇ ਦਾ, ਠੀਕ ਹੈ। ਅਤੇ ਲੋਕ ਇਸੇ ਤਰ੍ਹਾਂ ਕਰਦੇ ਹਨ, ਕਿਉਂਕਿ ਲੋਕ ਤਾਂ ਪਹਿਲਾਂ ਹੀ ਅੱਕੇ ਸਨ ਅੱਤਿਆਚਾਰੀ ਸ਼ਾਸਕ ਤੋਂ। ਅਤੇ ਉਹ ਕੀ ਕਰਦੇ ਹਨ ਕਿ ਕਿਲ੍ਹੇ ਦਾ ਦਰਵਾਜ਼ਾ ਜਿਹੜਾ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਦੀਆਂ ਸੈਨਾਵਾਂ ਆਉਂਦੀਆਂ ਹਨ ਕਿਲ੍ਹੇ ਦਾ ਦਰਵਾਜ਼ਾ ਖੋਲ੍ਹ ਦਿੰਦੇ ਹਨ, ਜਿਸ ਕਰਕੇ ਸ਼ਹਿਰੀਆਂ ਦਾ ਸਾਥ ਮਿਲਦਾ ਹੈ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਨੂੰ, ਅਤੇ ਬਿਨਾਂ ਕਿਸੇ ਬਹੁਤ ਜ਼ਿਆਦਾ ਵੱਡੇ ਮੁਕਾਬਲੇ ਦੇ ਮਹਾਰਾਜਾ ਰਣਜੀਤ ਸਿੰਘ ਇਹ ਜੰਗ ਜਿਹੜੀ ਸੀ ਉਹ ਜਿੱਤ ਜਾਂਦੇ ਸਨ। ਮਹਾਰਾਜਾ ਰਣਜੀਤ ਸਿੰਘ ਜਦੋਂ ਜਾਂਦੇ ਹਨ ਜੰਗ ਵਾਸਤੇ ਨਾਲ ਆਪਣੀ ਸੱਸ ਸਦਾ ਕੌਰ ਨੂੰ ਵੀ ਤਿਆਰ ਕਰਦੇ ਹਨ, ਠੀਕ ਹੈ, ਅਤੇ ਇਹਦੀ ਹੈਲਪ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਲਾਹੌਰ ਜਿਹੜਾ ਹੈ ਉਹ ਜਿੱਤ ਲੈਂਦੇ ਹਨ 1799 ਵਿੱਚ। ਹੁਣ ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਲਾਹੌਰ 'ਤੇ ਜਿੱਤ ਹੁੰਦੀ ਹੈ ਤਾਂ ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜੋ ਸਾਥੀ ਸਨ, ਜੋ ਉਹਨਾਂ ਦੇ ਚਾਹੁਣ ਵਾਲੇ ਸਨ, ਉਹ ਤਾਂ ਖੁਸ਼ ਸਨ, ਲੇਕਿਨ ਇਹਦੇ ਨਾਲ ਨਾਲ ਜਿਹੜੇ ਉਹਨਾਂ ਦੇ ਵਿਰੋਧੀ ਸਨ ਜਾਂ ਜਿਹੜੇ ਉਹਨਾਂ ਨੂੰ ਕੰਪੀਟ ਕਰ ਸਕਦੇ ਸਨ ਉਹਨਾਂ ਦੇ ਦੁਆਰਾ ਜਿਹੜੀ ਹੈ ਉਹ ਇੱਕ ਈਰਖਾ ਦੀ ਭਾਵਨਾ ਜਿਹੜੀ ਆਪਣੇ ਮਨ 'ਚ ਜਿਹੜੀ ਹੈਗੀ ਉਹ ਉਹਨਾਂ ਨੇ ਪਾ ਲਈ ਸੀ, ਅਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਵਿਰੁੱਧ ਕਾਰਵਾਈ ਕਰਨ ਵਿੱਚ ਲੱਗ ਜਾਂਦੇ ਹਨ। ਹੁਣ ਸੈਨਿਕ ਸਫਲਤਾ ਬਹੁਤ ਵੱਡੀ ਸੀ ਉਹਨਾਂ ਦੀ, ਠੀਕ ਹੈ। ਹੁਣ ਮਹਾਰਾਜਾ ਰਣਜੀਤ ਸਿੰਘ ਦੇ ਵੱਧਦੀ ਇੱਜ਼ਤ ਵਿੱਚ ਵੀ ਬਹੁਤ ਜ਼ਿਆਦਾ ਵਾਧਾ ਹੁੰਦਾ ਹੈ। ਇੱਜ਼ਤ 'ਚ ਵਾਧਾ ਹੋਣਾ ਕਿਉਂ ਹੁੰਦਾ ਹੈ, ਕਿਉਂਕਿ ਜੇਕਰ ਅਸੀਂ ਦੇਖਦੇ ਹਾਂ ਤਾਂ ਭੰਗੀ ਸਰਦਾਰ ਜੋ ਹਨ ਬੜੇ ਸ਼ਕਤੀਸ਼ਾਲੀ ਸਰਦਾਰ ਸਨ, ਅਤੇ ਸ਼ਕਤੀਸ਼ਾਲੀ ਸਰਦਾਰਾਂ ਨੂੰ ਹਰਾ ਕੇ ਮਹਾਰਾਜਾ ਰਣਜੀਤ ਸਿੰਘ ਜੋ ਸੀ ਉਹ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਬਣ ਚੁੱਕੇ ਸਨ। ਅਗਲਾ ਆਉਂਦਾ ਹੈ ਭਸੀਮ ਦੀ ਲੜਾਈ। ਹੁਣ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਲਾਹੌਰ ਜਿੱਤ ਲਿਆ ਜਾਂਦਾ ਹੈ ਤਾਂ ਸਿੱਖ ਅਤੇ ਕਈ ਮੁਸਲਿਮ ਸਰਦਾਰਾਂ ਦੇ ਵਿੱਚ ਉਹਨਾਂ ਦੇ ਖਿਲਾਫ ਈਰਖਾ ਜਾਗ ਪੈਂਦੀ ਹੈ, ਜਿਨ੍ਹਾਂ ਵਿੱਚ ਮੇਨ ਆਉਂਦੇ ਹਨ ਜੱਸਾ ਸਿੰਘ ਰਾਮਗੜੀਆ ਅਤੇ ਗੁਲਾਬ ਸਿੰਘ। ਹੁਣ ਜੱਸਾ ਸਿੰਘ ਅਤੇ ਰਾਮਗੜੀਆ ਜੱਸਾ ਸਿੰਘ ਰਾਮਗੜੀਆ ਅਤੇ ਗੁਲਾਬ ਸਿੰਘ ਜਿਹੜੇ ਸਨ
ਉਹਨਾਂ ਦਾ ਭੰਗੀ ਸਰਦਾਰਾਂ ਦੇ ਨਾਲ ਜੋ ਸੀ ਉਹ ਥੋੜ੍ਹਾ ਬਹੁਤਾ ਤਾਲਮੇਲ ਸੀ। ਇਸ ਕਰਕੇ ਜਦੋਂ ਲਾਹੌਰ ਦੇ ਉੱਤੇ ਜਿੱਤ ਹੁੰਦੀ ਹੈ, ਭੰਗੀ ਸਰਦਾਰਾਂ ਨੂੰ ਉੱਥੇ ਭਜਾਇਆ ਜਾਂਦਾ ਹੈ, ਤਾਂ ਲਾਹੌਰ ਦੇ ਪੂਰਬ ਵੱਲ 16 ਕਿਲੋਮੀਟਰ ਦੂਰ ਇੱਕ ਭਸੀਨ ਨਾਮਕ ਸਥਾਨ ਆਏਗਾ, ਜਿੱਥੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਜਿਹੜੇ ਦੇ ਖਿਲਾਫ ਜੱਸਾ ਸਿੰਘ ਰਾਮਗੜੀਆ ਅਤੇ ਗੁਲਾਬ ਸਿੰਘ ਚੌਹਾਨ ਉਹ ਡੇਰੇ ਲਾ ਲੈਂਦੇ ਹਨ। ਠੀਕ ਹੈ, ਹੁਣ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਚੱਲਦਾ ਹੈ, ਉਹ ਵੀ ਆਪਣੀ ਸੈਨਾ ਲੈ ਕੇ ਪੁੱਜ ਜਾਂਦੇ ਹਨ। ਇਸੇ ਸਮੇਂ ਦੌਰਾਨ ਬਹੁਤ ਸਮੇਂ ਤੱਕ ਲਗਭਗ 2 ਮਹੀਨੇ ਤੱਕ ਦੋਵੇਂ ਸੈਨਾਵਾਂ ਜਿਹੜੀਆਂ ਨੇ ਉਹ ਆਹਮੋ ਸਾਹਮਣੇ ਬੈਠੀਆਂ ਰਹਿੰਦੀਆਂ ਹਨ ਅਤੇ ਕੋਈ ਵੀ ਹਮਲਾ ਨਹੀਂ ਕਰਦਾ। ਇਸੇ ਦੌਰਾਨ ਜੱਸਾ ਸਿੰਘ ਰਾਮਗੜੀਆ ਬਿਮਾਰੀ ਦਾ ਬਹਾਨਾ ਲਾ ਕੇ ਗੁਲਾਬ ਸਿੰਘ ਜੋ ਸੀ ਉਸਦਾ ਸਾਥ ਛੱਡ ਦਿੰਦਾ ਹੈ ਅਤੇ ਗੁਲਾਬ ਸਿੰਘ ਦੀ ਵੀ ਮੌਤ ਹੋ ਜਾਂਦੀ ਹੈ ਬਹੁਤ ਜ਼ਿਆਦਾ ਸ਼ਰਾਬ ਪੀਣ ਕਰਕੇ। ਠੀਕ ਹੈ, ਉਸ ਤੋਂ ਬਾਅਦ ਜਦੋਂ ਗੁਲਾਬ ਸਿੰਘ ਦੀ ਮੌਤ ਹੁੰਦੀ ਹੈ ਤਾਂ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਸੈਨਾਵਾਂ ਦਾ ਕੋਈ ਵੀ ਚੰਗਾ ਸੈਨਾਪਤੀ ਨਾ ਹੋਣ ਕਰਕੇ ਸੈਨਾਵਾਂ ਉੱਥੋਂ ਦੌੜ ਜਾਂਦੀਆਂ ਹਨ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਬਿਨਾਂ ਲੜੇ ਹੀ ਇਹ ਵਿਰੁੱਧ ਜਿਹੜਾ ਸੀ ਉਹ ਜਿੱਤ ਜਾਂਦੇ। ਅਗਲਾ ਹੁੰਦਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਮਹਾਰਾਜਾ ਬਣਨਾ। ਠੀਕ ਹੈ, ਹੁਣ ਮਹਾਰਾਜਾ ਰਣਜੀਤ ਸਿੰਘ 12 ਅਪ੍ਰੈਲ 1821 ਈਸਵੀ ਨੂੰ ਜੋ ਹੈ ਉਹ ਮਹਾਰਾਜਾ ਦਾ ਟਾਈਟਲ ਜੋ ਹੈ ਉਹ ਲੈਂਦੇ ਹਨ, ਮਤਲਬ ਰਾਜਾ ਬਣਦੇ ਹਨ। ਠੀਕ ਹੈ, ਰਸਮ ਬਹੁਤ ਧੂਮਧਾਮ ਨਾਲ ਮਨਾਈ ਜਾਂਦੀ ਹੈ। ਉਹਨਾਂ ਦੇ ਦੁਆਰਾ ਆਪਣੀ ਸਰਕਾਰ ਨੂੰ ਨਾਮ ਦਿੱਤਾ ਜਾਂਦਾ ਹੈ ਸਰਕਾਰੇ ਖਾਲਸਾ। ਖੁਦ ਕਦੀ ਵੀ ਉਹਨਾਂ ਨੇ ਤਾਜ ਨਹੀਂ ਸੀ ਪਹਿਨਿਆ। ਜੋ ਸਿੱਕੇ ਚਲਵਾਏ ਗਏ ਸੀ ਉਹਨਾਂ ਦੇ ਦੁਆਰਾ ਉਹ ਵੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ 'ਤੇ ਜਾਰੀ ਕੀਤੇ ਗਏ ਸਨ। ਧਰਮ ਦੀ ਗੱਲ ਕਰੋ ਤਾਂ ਧਰਮ ਪ੍ਰਤੀ ਉਹਨਾਂ ਦੀ ਬਹੁਤ ਹੀ ਜ਼ਿਆਦਾ ਸਹਿਣਸ਼ੀਲਤਾ ਸੀ। ਇਸੇ ਕਰਕੇ ਇਮਾਮ ਬਖਸ਼ ਉਸ ਸਮੇਂ ਇੱਕ ਮੁਸਲਿਮ ਸੀ, ਅਧਿਕਾਰੀ ਸੀ ਮਹਾਰਾਜਾ ਰਣਜੀਤ ਸਿੰਘ ਦਾ, ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਦੁਆਰਾ ਲਾਹੌਰ ਦਾ ਕੋਤਵਾਲ ਨਿਯੁਕਤ ਕੀਤਾ ਜਾਂਦਾ, ਮਤਲਬ ਉੱਚੀ ਪੋਸਟ ਦਿੱਤੀ ਜਾਂਦੀ ਹੈ। ਉਸ ਤੋਂ ਇਲਾਵਾ ਖਾਲਸਾ ਦੀ ਸ਼ਕਤੀ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਦੁਆਰਾ ਸਰਵਉੱਚ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਆਪਣੇ ਸੈਨਿਕਾਂ ਦਾ ਜੋ ਮਨੋਬਲ ਸੀ ਉਹ ਬਹੁਤ ਜ਼ਿਆਦਾ ਵਧਾਉਂਦੇ ਸਨ। ਨੈਕਸਟ ਆਉਂਦੀ ਹੈ ਅੰਮ੍ਰਿਤਸਰ ਦੀ ਜਿੱਤ 1805 ਈਸਵੀ 'ਚ। ਹੁਣ ਅੰਮ੍ਰਿਤਸਰ ਦੀ ਜਿਹੜੀ ਜਿੱਤ ਹੈ ਉਹਦਾ ਕੀ ਕਾਰਨ ਸੀ? ਜਿਹੜਾ ਗੁਲਾਬ ਸਿੰਘ ਭੰਗੀ ਸੀ ਉਸਦੀ ਮੌਤ ਹੋ ਜਾਂਦੀ ਹੈ, ਆਪਾਂ ਪੜ੍ਹ ਕੇ ਆਏ ਹਾਂ ਵਿੱਚੇ ਭਸੀਨ ਦੀ ਲੜਾਈ ਵਿੱਚ। ਗੁਲਾਬ ਸਿੰਘ ਭੰਗੀ ਦੀ ਮੌਤ ਤੋਂ ਬਾਅਦ ਉਹਦਾ ਜਿਹੜਾ ਪੁੱਤਰ ਹੈ ਗੁਰਦਿੱਤ ਸਿੰਘ ਉਹਨੂੰ ਅੰਮ੍ਰਿਤਸਰ ਦਾ ਹਾਕਮ ਬਣਾ ਦਿੱਤਾ ਜਾਂਦਾ ਹੈ, ਲੇਕਿਨ ਗੁਰਦਿੱਤ ਸਿੰਘ ਦੇ ਨਾਬਾਲਿਗ ਹੋਣ ਕਰਕੇ ਉਸਦੀ ਮਾਂ ਮਾਈ ਸੁੱਖਾ ਜੋ ਹੈ ਉਹ ਸਾਰੀ ਸ਼ਕਤੀ ਆਪਣੇ ਹੱਥ ਵਿੱਚ ਲੈ ਲੈਂਦੀ ਹੈ। 1805 ਵਿੱਚ ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਨੂੰ ਜਿੱਤਣ ਲਈ ਇੱਕ ਬਹਾਨਾ ਲੱਭ ਲੈਂਦੇ ਹਨ। ਮਾਈ ਸੁੱਖਾਂ ਨੂੰ ਸੁਨੇਹਾ ਭੇਜਦੇ ਹਨ ਕਿ ਜਮ-ਜਮ ਤੋਪ ਉਹਨਾਂ ਦੇ ਹਵਾਲੇ ਕਰ ਦਿੱਤੀ ਜਾਵੇ, ਲੇਕਿਨ ਮਾਈ ਸੁੱਖਾ ਇਸ ਤੋਂ ਇਨਕਾਰ ਕਰ ਦਿੰਦੀ ਹੈ। ਇਸ ਤੋਂ ਇਲਾਵਾ ਲੋਹਗੜ੍ਹ ਦੇ ਕਿਲੇ ਦੀ ਵੀ ਮੰਗ ਜੋ ਹੈ ਉਹ ਕੀਤੀ ਜਾਂਦੀ ਹੈ, ਲੇਕਿਨ ਮਾਈ ਸੁੱਖਾਂ ਦੋਹਾਂ ਹੀ ਮੰਗਾਂ ਨੂੰ ਠੁਕਰਾ ਦਿੰਦੀ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਪਹਿਲਾਂ ਹੀ ਯੁੱਧ ਲਈ ਤਿਆਰ ਸਨ। ਇਸ ਮੁਹਿੰਮ ਵਿੱਚ ਸਦਾ ਕੌਰ ਅਤੇ ਫਤਿਹ ਸਿੰਘ ਆਹਲੂਵਾਲੀਆ ਮਹਾਰਾਜਾ ਰਣਜੀਤ ਸਿੰਘ ਦਾ ਸਾਥ ਦਿੰਦੇ ਹਨ, ਜਿਸ ਦੇ ਸਿੱਟੇ ਵਜੋਂ ਮਹਾਰਾਜਾ ਰਣਜੀਤ ਸਿੰਘ ਦੇ ਦੁਆਰਾ ਅੰਮ੍ਰਿਤਸਰ ਅਤੇ ਲੋਹਗੜ੍ਹ ਦਾ ਜੋ ਕਿਲ੍ਹਾ ਹੈ ਉੱਤੇ ਕਬਜ਼ਾ ਕਰ ਲਿਆ ਜਾਂਦਾ ਹੈ। ਮਾਈ ਸੁੱਖਾਂ ਅਤੇ ਗੁਰਦਿੱਤ ਸਿੰਘ ਨੂੰ ਜੀਵਨ ਨਿਰਵਾਹ ਲਈ ਜ਼ਮੀਨ ਜੋ ਹੈ ਉਹ ਦੇ ਦਿੱਤੀ ਜਾਂਦੀ ਹੈ। ਇਸੇ ਲੜਾਈ ਦੇ ਬਾਅਦ ਵਿੱਚ ਅਕਾਲੀ ਫੂਲਾ ਸਿੰਘ ਆਪਣੇ 2000 ਨਿਹੰਗ ਸਾਥੀਆਂ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿੱਚ ਸ਼ਾਮਿਲ ਹੋ ਜਾਂਦਾ ਹੈ, ਜਿਹਦੇ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਸੈਨਿਕ ਸ਼ਕਤੀ ਵਿੱਚ ਬਹੁਤ ਜ਼ਿਆਦਾ ਵਾਧਾ ਹੁੰਦਾ ਹੈ। ਅਗਲੇ ਆਉਂਦੇ ਹੈ ਅੰਮ੍ਰਿਤਸਰ ਜਿੱਤ ਦੀ ਮਹੱਤਤਾ। ਠੀਕ ਹੈ, ਅੰਮ੍ਰਿਤਸਰ ਦੀ ਜਿਹੜੀ ਜਿੱਤ ਹੋਈ ਸੀ ਉਹਦੇ ਵਿੱਚ ਕੀ ਮਹੱਤਤਾ ਰਹੀ ਹੈ? ਤਾਂ ਲਾਹੌਰ ਦੀ ਜਿੱਤ ਤੋਂ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਮਹੱਤਵਪੂਰਨ ਜਿੱਤ ਮੰਨੀ ਜਾਂਦੀ ਸੀ ਉਹ ਅੰਮ੍ਰਿਤਸਰ ਦੀ ਜਿੱਤ ਸੀ। ਹੁਣ ਅੰਮ੍ਰਿਤਸਰ ਦੀ ਗੱਲ ਕਰੋ ਤਾਂ ਅੰਮ੍ਰਿਤਸਰ ਜਿਹੜਾ ਸੀ ਉਹ ਸਿੱਖਾਂ ਦੀ ਧਾਰਮਿਕ ਰਾਜਧਾਨੀ ਬਣ ਗਿਆ ਸੀ। ਠੀਕ ਹੈ, ਅਤੇ ਵੈਸੇ ਸਿੱਖਾਂ ਦੀ ਰਾਜਧਾਨੀ ਦੀ ਗੱਲ ਕਰੋ, ਪੰਜਾਬ ਦੀ ਰਾਜਧਾਨੀ ਦੀ ਗੱਲ ਕਰੋ, ਤਾਂ ਉਹ ਕਿਹੜੀ ਆਏਗੀ ਤੁਹਾਡੀ? ਲਾਹੌਰ ਆਏਗੀ। ਠੀਕ ਹੈ, ਪੰਜਾਬ ਦੀ ਰਾਜਧਾਨੀ ਲਾਹੌਰ ਆਏਗੀ ਅਤੇ ਸਿੱਖਾਂ ਦੀ ਜਿਹੜੀ ਰਾਜਧਾਨੀ ਹੈਗੀ ਹੈ ਉਹ ਆਏਗੀ ਸਾਡੀ ਅੰਮ੍ਰਿਤਸਰ। ਠੀਕ ਹੈ, ਹੁਣ ਮਹਾਰਾਜਾ ਰਣਜੀਤ ਸਿੰਘ ਦੀ ਸੈਨਿਕ ਸ਼ਕਤੀ 'ਚ ਵਾਧਾ ਹੋਇਆ ਕਿਉਂਕਿ ਅਕਾਲੀ ਫੂਲਾ ਸਿੰਘ ਆਪਣੇ ਨਿਹੰਗ ਸਾਥੀਆਂ ਨਾਲ ਉਹਨਾਂ ਦੀ ਸੈਨਾ ਵਿੱਚ ਸ਼ਾਮਿਲ ਹੋ ਗਿਆ। ਇਸ ਤੋਂ ਇਲਾਵਾ ਲੋਹਗੜ੍ਹ ਦਾ ਕਿਲ੍ਹਾ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਾ ਅਤੇ ਤਾਂਬੇ ਅਤੇ ਪਿੱਤਲ ਦੀ ਬਣੀ ਜਮ-ਜਮ ਤੋਪ ਜਿਹੜੀ ਹੈ ਉਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਪਾਸ ਆ ਗਈ। ਠੀਕ ਹੈ, ਹੁਣ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਸਿੱਧੀ ਇੰਨੀ ਫੈਲ ਚੁੱਕੀ ਸੀ ਕਿ ਉਸ ਸਮੇਂ ਬ੍ਰਿਟਿਸ਼ ਈਸਟ ਇੰਡੀਆ ਵਿੱਚ ਕੰਪਨੀ ਦੇ ਵਿੱਚ ਕੰਮ ਕਰਨ ਵਾਲੇ ਲੋਕ ਵੀ ਜਿਹੜੇ ਹਨ ਉਹ ਆਪਣੀ ਕੰਪਨੀ ਦੇ ਵਿੱਚੋਂ ਜੋਬ ਛੱਡ ਕੇ ਮਹਾਰਾਜਾ ਰਣਜੀਤ ਸਿੰਘ ਦੀ ਜੋ ਸੈਨਾ ਹੈ ਉਸ ਵਿੱਚ ਭਰਤੀ ਹੋਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਮਹਾਰਾਜਾ ਰਣਜੀਤ ਸਿੰਘ ਦਾ ਜੋ ਜਾਸੀ ਉਹ ਦੂਰ ਦੂਰ ਤੱਕ ਫੈਲ ਗਿਆ। ਹੁਣ ਮਹਾਰਾਜਾ ਰਣਜੀਤ ਸਿੰਘ ਦਾ ਕੰਮ ਜੋ ਸੀ ਕੁਛ ਇਲਾਕਿਆਂ ਨੂੰ ਜਿੱਤਣਾ ਨਹੀਂ ਸੀ,
ਉਹ ਹਰ ਇਲਾਕੇ ਦੇ ਉੱਤੇ ਕਬਜ਼ਾ ਕਰਨੇ ਚਾਹੁੰਦੇ ਸਨ, ਪੰਜਾਬ ਨੂੰ ਇੱਕ ਝੰਡੇ ਹੇਠ ਇਕੱਠਾ ਕਰਨਾ ਚਾਹੁੰਦੇ ਸਨ, ਜਿਸ ਲਈ ਉਹਨਾਂ ਦੇ ਦੁਆਰਾ ਸਿੱਖ ਮਿਸਲਾਂ 'ਤੇ ਜਿੱਤ ਲਈ ਅਲੱਗ ਅਲੱਗ ਨੀਤੀਆਂ ਜਿਹੜੀਆਂ ਸੀ ਉਹ ਅਪਣਾਈਆਂ ਸਨ। ਕਿਸੇ ਨਾਲ ਉਹਨਾਂ ਨੇ ਮਿੱਤਰਤਾ ਪੂਰਵਕ ਆਪਣੇ ਸੰਬੰਧ ਰੱਖੇ ਹੋਏ ਸਨ, ਕਿਸੇ ਨਾਲ ਉਹਨਾਂ ਨੇ ਵਿਵਾਹਿਕ ਸੰਬੰਧ ਰੱਖੇ ਸਨ, ਅਤੇ ਕਿਸੇ ਕਿਸੇ ਮਿਸਲ ਨੂੰ ਉਹਨਾਂ ਦੁਆਰਾ ਜਿੱਤ ਕੇ ਆਪਣੇ ਰਾਜ 'ਚ ਮਿਲਾਇਆ ਜਾਂਦਾ ਹੈ। ਹੁਣ ਦੇਖੋ ਮਹਾਰਾਜਾ ਰਣਜੀਤ ਸਿੰਘ ਜਿਹੜੇ ਸੀ, ਕਨਈਆ ਮਿਸਲ ਦੀ ਗੱਲ ਕਰੋ ਤਾਂ ਕਨਈਆ ਮਿਸਲ ਦੇ ਨਾਲ ਉਹਨਾਂ ਦੇ ਵਿਵਾਹਿਕ ਸੰਬੰਧ ਸਨ, ਠੀਕ ਹੈ। ਫਤਿਹ ਸਿੰਘ ਆਲੂਵਾਲੀਆ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਉਹਨਾਂ ਨੇ ਪੱਗ ਬਿਠਾਈ ਸੀ, ਮਤਲਬ ਮਿੱਤਰ ਰਹਿਣ ਦਾ ਪ੍ਰਣ ਕੀਤਾ ਸੀ, ਠੀਕ ਹੈ। ਜੱਸਾ ਸਿੰਘ ਰਾਮਗੜੀਆ ਜੋ ਹੈ ਉਹ ਜਾਣ ਬੁੱਝ ਕੇ ਮਹਾਰਾਜਾ ਰਣਜੀਤ ਸਿੰਘ ਨਾਲ ਟੱਕਰ ਨਹੀਂ ਲੈਂਦਾ ਹੈਗਾ, ਕਿਉਂਕਿ ਉਸਨੂੰ ਪਤਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਲੇਕਿਨ ਜਦੋਂ ਹੀ ਜੱਸਾ ਸਿੰਘ ਰਾਮਗੜੀਆ ਦੀ ਮੌਤ ਹੁੰਦੀ ਹੈ, ਉਸ ਤੋਂ ਅੱਗੇ ਆਉਂਦਾ ਹੈ ਜੋਤ ਸਿੰਘ ਰਾਮਗੜੀਆ। ਹੁਣ ਜੋਤ ਸਿੰਘ ਰਾਮਗੜੀਆ ਜੋ ਹੈ 1803 ਈਸਵੀ ਵਿੱਚ ਆਉਂਦਾ ਹੈ, ਅਤੇ ਉਸ ਸਮੇਂ ਉਹ ਮਿੱਤਰਤਾ ਪੂਰਵਕ ਸੰਬੰਧ ਬਣਾ ਲੈਂਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਨਾਲ, ਅਤੇ ਇਹ ਸੰਬੰਧ 1811 ਈਸਵੀ ਤੱਕ ਇੱਦਾਂ ਹੀ ਚੱਲਦੇ ਰਹਿੰਦੇ ਹਨ। ਉਸ ਤੋਂ ਬਾਅਦ ਜਿਹੜੀਆਂ ਜਿੱਤਾਂ ਮਹਾਰਾਜਾ ਰਣਜੀਤ ਸਿੰਘ ਦੇ ਦੁਆਰਾ ਅਲੱਗ ਅਲੱਗ ਮਿਸਲਾਂ ਦੇ ਉੱਤੇ ਪ੍ਰਾਪਤ ਕੀਤੀਆਂ ਗਈਆਂ ਉਹਨਾਂ ਦਾ ਵੇਰਵਾ ਵੀ ਆਪਾਂ ਦੇਵਾਂਗੇ। ਸਭ ਤੋਂ ਪਹਿਲੀ ਹੈ ਅਕਾਲਗੜ੍ਹ ਦੀ ਜਿੱਤ 1801 ਵਿੱਚ। ਹੁਣ ਅਕਾਲਗੜ੍ਹ ਦਾ ਜੋ ਨੇਤਾ ਸੀ ਉਹ ਸੀ ਦਲ ਸਿੰਘ, ਅਤੇ ਦਲ ਸਿੰਘ ਆਪਾਂ ਅੱਗੇ ਪਿੱਛੇ ਵੀ ਸਟੱਡੀ ਕੀਤਾ ਹੈ, ਦਲ ਸਿੰਘ ਰਣਜੀਤ ਸਿੰਘ ਦੇ ਪਿਤਾ ਦਾ ਮਾਮਾ ਸੀ, ਠੀਕ ਹੈ। ਉਸ ਤੋਂ ਇਲਾਵਾ ਗੁਜਰਾਤ ਦੇ ਸਾਹਿਬ ਸਿੰਘ, ਠੀਕ ਹੈ, ਇਹਨਾਂ ਦੋਨਾਂ ਨੇ ਮਿਲ ਕੇ ਲਾਹੌਰ ਦੇ ਉੱਤੇ ਹਮਲਾ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਕੀ ਕਰਦੇ ਹਨ, ਅਕਾਲਗੜ੍ਹ ਦੇ ਉੱਤੇ ਹਮਲਾ ਕਰਕੇ ਦਲ ਸਿੰਘ ਨੂੰ ਕੈਦ ਕਰ ਲੈਂਦੇ ਹਨ, ਲੇਕਿਨ ਬਾਅਦ ਵਿੱਚ ਉਹਨੂੰ ਛੱਡ ਦਿੱਤਾ ਜਾਂਦਾ ਹੈ। ਕੁਛ ਦੇਰ ਸਮਾਂ ਬਾਅਦ ਜੋ ਦਲ ਸਿੰਘ ਸੀ ਉਹ ਅਕਾਲ ਚਲਾਣਾ ਕਰ ਦਿੰਦਾ ਹੈ, ਅਤੇ ਮਹਾਰਾਜਾ ਰਣਜੀਤ ਸਿੰਘ ਕੀ ਕਰਦੇ ਹਨ ਕਿ ਉਹਦਾ ਰਾਜ ਜੋ ਹੈ ਉਹਨੂੰ ਆਪਣੇ ਰਾਜ 'ਚ ਮਿਲਾ ਕੇ ਦਲ ਸਿੰਘ ਦੀ ਵਿਧਵਾ ਪਤਨੀ ਜੋ ਹੈ ਉਸਨੂੰ ਗੁਜ਼ਾਰੇ ਜੋਗੀ ਜ਼ਮੀਨ ਜੋ ਹੈ ਉਹ ਦੇ ਦਿੰਦੇ। ਉਸ ਤੋਂ ਅੱਗੇ ਆਉਂਦਾ ਹੈ ਸਾਡਾ ਚਨਿਓੜ ਦੀ ਜਿੱਤ। ਹੁਣ ਚਨਿਓੜ ਦੀ ਜਿੱਤ ਹੁੰਦੀ ਹੈ 1802 ਈਸਵੀ 'ਚ। ਚਨਿਓੜ ਜੋ ਹੈ ਉੱਥੇ ਰਾਜ ਚੱਲ ਰਿਹਾ ਸੀ ਕਰਮ ਸਿੰਘ ਦੇ ਪੁੱਤਰ ਜੱਸਾ ਸਿੰਘ ਦਾ। 1802 ਈਸਵੀ ਮਹਾਰਾਜਾ ਰਣਜੀਤ ਸਿੰਘ ਜਿਹੜੇ ਸੀ ਉਹਨਾਂ ਨੇ ਫਤਿਹ ਸਿੰਘ ਆਲੂਵਾਲੇ ਨੂੰ ਨਾਲ ਲੈ ਕੇ ਚਨਿਓੜ ਦੇ ਉੱਤੇ ਹਮਲਾ ਕਰ ਦਿੱਤਾ, ਅਤੇ ਜੱਸਾ ਸਿੰਘ ਉੱਥੋਂ ਹਾਰ ਜਾਂਦਾ ਹੈ, ਜਿਸ 'ਤੇ ਮਹਾਰਾਜਾ ਰਣਜੀਤ ਸਿੰਘ ਕਰਦੇ ਹਨ ਚਨਿਓੜ 'ਤੇ ਕਬਜ਼ਾ ਕਰ ਲੈਂਦੇ ਹਨ, ਅਤੇ ਨਾਲ ਦੀ ਨਾਲ ਜੋ ਫਤਿਹ ਸਿੰਘ ਜੋ ਉਹਨਾਂ ਦਾ ਸਾਥ ਦੇ ਰਿਹਾ ਸੀ ਉਸਨੂੰ ਹਿੱਸੇ ਦੇ ਤੌਰ 'ਤੇ ਪਿੰਡ ਭੱਟੀਆਂ ਅਤੇ ਪਿੰਡ ਧਾਨ ਦੇ ਇਲਾਕੇ ਜਿਹੜੇ ਹਨ ਉਹਨੂੰ ਦੇ ਦਿੱਤੇ ਜਾਂਦੇ। ਅਗਲਾ ਦਾ ਮਹਾਰਾਜਾ ਰਣਜੀਤ ਸਿੰਘ ਦਾ ਮਾਲਵੇ ਉੱਤੇ ਪਹਿਲਾ ਹਮਲਾ 1806 ਈਸਵੀ 'ਚ। 1806 ਈਸਵੀ 'ਚ ਮਹਾਰਾਜਾ ਰਣਜੀਤ ਸਿੰਘ ਦੇ ਦੁਆਰਾ ਮਾਲਵੇ ਦੇ ਇਲਾਕੇ 'ਤੇ ਹਮਲਾ ਕੀਤਾ ਜਾਂਦਾ ਹੈ। ਹੁਣ ਹਮਲੇ ਦਾ ਕਾਰਨ ਕੀ ਸੀ? ਦਲੋਦੀ ਪਿੰਡ, ਠੀਕ ਹੈ। ਦਲੋਦੀ ਪਿੰਡ ਦਾ ਕੀ ਕਿੱਸਾ ਸੀ? ਪਟਿਆਲਾ ਅਤੇ ਨਾਭਾ ਦੇ ਜੋ ਰਾਜੇ ਸਨ ਉਹ ਇਸ ਪਿੰਡ ਨੂੰ ਲੈ ਕੇ ਝਗੜਾ ਕਰ ਰਹੇ ਸਨ। ਇਸੇ ਦੌਰਾਨ ਜੀਂਦ ਦਾ ਹਾਕਮ ਸੀ ਭਾਗ ਸਿੰਘ, ਉਹ ਮਹਾਰਾਜਾ ਰਣਜੀਤ ਸਿੰਘ ਨੂੰ ਸੱਦਾ ਦਿੰਦਾ ਹੈ ਕਿ ਇਸ ਝਗੜੇ ਨੂੰ ਖਤਮ ਕੀਤਾ ਜਾਵੇ, ਤਾਂ ਮਹਾਰਾਜਾ ਰਣਜੀਤ ਸਿੰਘ ਅਤੇ ਫਤਿਹ ਸਿੰਘ ਆਲੂਵਾਲੀਆ ਜੋ ਹਨ ਉਹ 20,000 ਸੈਨਾ ਲੈ ਕੇ ਮਾਲਵੇ ਵੱਲ ਜਾਂਦੇ ਹਨ, ਜਿੱਥੇ ਦਸੰਦੀ ਪਿੰਡ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਆਪਣੇ ਅੰਡਰ ਕਰ ਲੈਂਦੇ ਹਨ ਅਤੇ ਪਟਿਆਲੇ ਵੱਲ ਨੂੰ ਜਾਂਦੇ ਹਨ। ਪਟਿਆਲਾ ਨਾਭਾ ਦੇ ਜੀਂਦ ਦੇ ਰਿਆਸਤਾਂ ਦੇ ਇਲਾਕਿਆਂ ਦੇ ਰਾਜਿਆਂ ਕੋਲੋਂ ਮਹਾਰਾਜਾ ਰਣਜੀਤ ਸਿੰਘ ਜੋ ਹਨ ਉਹ ਕਾਫ਼ੀ ਸਾਰੇ ਨਜ਼ਰਾਨੇ ਲੈਂਦੇ ਹਨ, ਅਤੇ ਮੁੜਦੇ ਸਮੇਂ ਲੁਧਿਆਣਾ ਰਾਏਕੋਟ ਅਤੇ ਜਗਰਾਉਂ ਦੇ ਇਲਾਕੇ ਜੋ ਹਨ ਉਹਨਾਂ ਨੂੰ ਜਿੱਤ ਲੈਂਦੇ ਹਨ। 1807 ਈਸਵੀ 'ਚ ਮਹਾਰਾਜਾ ਰਣਜੀਤ ਸਿੰਘ ਦੇ ਦੁਆਰਾ ਮਾਲਵੇ 'ਚ ਫਿਰ ਦੂਜਾ ਹਮਲਾ ਕੀਤਾ ਜਾਂਦਾ ਹੈ। ਹਮਲੇ ਦਾ ਕਾਰਨ ਪਟਿਆਲੇ ਦਾ ਰਾਜਾ ਸਾਹਿਬ ਸਿੰਘ ਅਤੇ ਉਸਦੀ ਪਤਨੀ ਆਸ ਕੌਰ ਦਾ ਝਗੜਾ ਸੀ, ਠੀਕ ਹੈ। ਆਸ ਕੌਰ ਦੇ ਸੱਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਉੱਥੇ ਪਹੁੰਚਦੇ ਹਨ, ਲੇਕਿਨ ਝਗੜਾ ਪਹਿਲਾਂ ਹੀ ਮੁੱਕ ਜਾਂਦਾ ਹੈ, ਤਾਂ ਮਹਾਰਾਜਾ ਰਣਜੀਤ ਸਿੰਘ ਨਜ਼ਰਾਨਾ ਵਸੂਲ ਕਰਕੇ ਵਾਪਿਸ ਆ ਜਾਂਦੇ ਹਨ। ਉਸ ਤੋਂ ਬਾਅਦ ਨਾਰਾਇਣਗੜ੍ਹ, ਬਦਨੀ, ਜੀਰਾ, ਕੋਟਕਪੁਰਾ ਆਦਿ ਇਲਾਕੇ ਜਿਹੜੇ ਹੈਗੇ ਆ ਮਹਾਰਾਜਾ ਰਣਜੀਤ ਸਿੰਘ ਦੁਆਰਾ ਜਿੱਤੇ ਜਾਂਦੇ ਹਨ। ਉਸ ਤੋਂ ਬਾਅਦ ਕੈਥਲ, ਸ਼ਾਹਬਾਦ, ਅੰਬਾਲਾ, ਕਲਸੀਆ ਅਤੇ ਮਲੇਰਕੋਟਲਾ ਦੇ ਹਾਕਮਾਂ ਪਾਸੋਂ ਵੀ ਆਉਂਦੇ ਸਮੇਂ ਨਜ਼ਰਾਨੇ ਵਸੂਲਦੇ। ਅਗਲਾ ਆਉਂਦਾ ਹੈ ਡੱਲੇ ਵਾਲੀਆ ਮਿਸਲ 1807 ਈਸਵੀ। ਹੁਣ ਦੇਖੋ ਡੱਲੇ ਵਾਲੀਆ ਜੋ ਮਿਸਲ ਹੈ ਇਸ ਦਾ ਨੇਤਾ ਸੀ ਤਾਰਾ ਸਿੰਘ ਕੇਬਾ, ਹੈਗਾ ਤਾਰਾ ਸਿੰਘ ਕੇਬਾ। ਜਦੋਂ ਤੱਕ ਤਾਰਾ ਸਿੰਘ ਕੇਬਾ ਜਿਉਂਦਾ ਰਹਿੰਦਾ ਹੈ ਮਹਾਰਾਜਾ ਰਣਜੀਤ ਸਿੰਘ ਇਸ ਮਿਸਲ ਦੇ ਨਾਲ ਕੋਈ ਵੀ ਛੇੜਛਾੜ ਨਹੀਂ ਕਰਦੇ। 1807 ਵਿੱਚ ਤਾਰਾ ਸਿੰਘ ਕੇਬਾ ਦੀ ਹੋ ਜਾਂਦੀ ਹੈ ਮੌਤ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਰਾਹੋਂ ਦੇ ਇਲਾਕੇ ਦੇ ਉੱਤੇ ਹਮਲਾ ਕਰ ਦਿੰਦੇ ਹਨ ਜਿਸ ਦੇ ਅੰਦਰ ਆਉਂਦਾ ਸੀ ਤਾਰਾ ਸਿੰਘ ਦੀ ਜੋ ਕੇਬਾ, ਤਾਰਾ ਸਿੰਘ ਕੇਬਾ ਦੀ ਜੋ ਵਿਧਵਾ ਸੀ ਉਹ ਮਹਾਰਾਜਾ ਰਣਜੀਤ ਸਿੰਘ ਦਾ ਮੁਕਾਬਲਾ ਕਰਦੀ ਹੈ ਲੇਕਿਨ ਹਾਰ ਜਾਂਦੀ ਹੈ।
ਅਤੇ ਬਾਅਦ ਵਿੱਚ ਮਹਾਰਾਜੀ ਸਿੰਘ ਨੂੰ ਦੇ ਦੁਆਰਾ ਇਹ ਇਲਾਕਾ ਆਪਣੇ ਇਲਾਕੇ 'ਚ ਮਿਲਾ ਲਿਆ ਜਾਂਦਾ। ਅਗਲੀ ਆਉਂਦੀ ਹੈ ਸਿਆਲਕੋਟ ਦੀ ਜਿੱਤ 1828। ਹੁਣ ਸਿਆਲਕੋਟ ਦੀ ਜਿੱਤ ਜੋ ਹੈ ਇੱਥੇ ਸ਼ਾਸਕ ਸੀਗਾ ਇਹਨਾਂ ਦਾ ਜੀਵਨ ਸਿੰਘ, ਠੀਕ ਹੈ। ਮਹਾਰਾਜਾ ਰਣਜੀਤ ਸਿੰਘ ਉਸ ਸਿਆਲਕੋਟ ਦਾ ਇਲਾਕਾ ਮੰਗਦੇ ਹਨ ਉਸ ਪਾਸੋਂ, ਲੇਕਿਨ ਉਹ ਮਨਾ ਕਰ ਦਿੰਦਾ ਹੈ, ਜਿਸ 'ਤੇ ਮਹਾਰਾਜਾ ਰਣਜੀਤ ਸਿੰਘ ਜੋ ਹਨ ਉੱਤੇ ਅਟੈਕ ਕਰ ਦਿੰਦੇ ਹਨ ਅਤੇ ਸਿਆਲਕੋਟ ਦੇ ਇਲਾਕੇ ਨੂੰ ਆਪਣੇ ਰਾਜ ਵਿੱਚ ਮਿਲਾ ਕੇ ਉਸਨੂੰ ਗੁਜਾਰੇ ਜੋਗੀ ਤੋਂ ਜ਼ਮੀਨ ਹੈ ਉਹ ਦੇ ਦਿੱਤੀ ਚੰਦੀ। ਨੈਕਸਟ ਆਉਂਦਾ ਹੈ ਸਾਡਾ ਗੁਜਰਾਤ ਦੀ ਜਿੱਤ 1809 ਈਸਵੀ 'ਚ। ਹੁਣ ਗੁਜਰਾਤ ਵਿੱਚ ਸ਼ਾਸਕ ਕਿਸਦੇ ਹਨ? 1809 ਈਸਵੀ 'ਚ ਸਾਹਿਬ ਸਿੰਘ ਆਏਗਾ ਅਤੇ ਉਸਦਾ ਪੁੱਤਰ ਗੁਲਾਬ ਸਿੰਘ, ਠੀਕ ਹੈ। ਇਹਨਾਂ ਦੋਨਾਂ ਵਿੱਚ ਅਣਬਣ ਹੋ ਜਾਂਦੀ ਹੈ, ਜਿਸ ਕਰਕੇ ਮਹਾਰਾਜਾ ਰਣਜੀਤ ਸਿੰਘ ਕੀ ਕਰਦੇ ਹਨ, ਫਕੀਰ ਅਜੀਜ਼ੂਦੀਨ ਦੀ ਅਗਵਾਈ ਵਿੱਚ ਗੁਜਰਾਤ 'ਤੇ ਹਮਲਾ ਕਰ ਦਿੰਦੇ ਹਨ, ਜਿਸ ਤੋਂ ਬਾਅਦ ਸਾਹਿਬ ਸਿੰਘ ਹਾਰ ਜਾਂਦਾ ਹੈ ਅਤੇ ਫਕੀਰ ਅਜੀਜ਼ੂਦੀਨ ਦਾ ਜੋ ਭਰਾ ਹੈ ਨੂਰਉਦੀਨ ਉਸਨੂੰ ਗੁਜਰਾਤ ਦਾ ਨਵਾਂ ਹਾਕਮ ਜੋ ਹੈ ਉਹ ਬਣਾ ਦਿੱਤਾ ਜਾਂਦਾ ਹੈ। ਅਗਲੀ ਆਉਂਦੀ ਹੈ ਸਾਡੀ ਕਰੋੜ ਸਿੰਘਿਆ ਮਿਸਲ ਅਤੇ ਅਧਿਕਾਰ 1809 ਵਿੱਚ। ਹੁਣ ਦੇਖੋ, ਕਰੋੜ ਸਿੰਘਿਆ ਮਿਸਲ ਦਾ ਜੋ ਸਰਦਾਰ ਸੀ ਉਸਦਾ ਨਾਮ ਸੀ ਬਘੇਲ ਸਿੰਘ। ਬਘੇਲ ਸਿੰਘ ਜਿੰਨੀ ਦੇਰ ਤੱਕ ਜਿਉਂਦਾ ਰਹਿੰਦਾ ਹੈ ਮਹਾਰਾਜਾ ਰਣਜੀਤ ਸਿੰਘ ਇਸ ਮਿਸਲ 'ਤੇ ਅਟੈਕ ਨਹੀਂ ਕਰਦੇ, ਲੇਕਿਨ ਜਦੋਂ ਹੀ ਬਘੇਲ ਸਿੰਘ ਅਕਾਲ ਚਲਾਣਾ ਕਰ ਜਾਂਦਾ ਹੈ, ਮਤਲਬ ਉਸਦੀ ਡੈਥ ਹੋ ਜਾਂਦੀ ਹੈ, ਤਾਂ ਮਹਾਰਾਜਾ ਰਣਜੀਤ ਸਿੰਘ ਜੋ ਹਨ ਉਹ ਕਰੋੜ ਸਿੰਘਿਆ ਮਿਸਲ ਦੇ ਉੱਤੇ ਅਧਿਕਾਰ ਕਰਨ ਲਈ ਆਪਣੀਆਂ ਸੈਨਾਵਾਂ ਭੇਜਦੇ ਹਨ, ਜਿਸ ਵਿੱਚ ਬਘੇਲ ਸਿੰਘ ਦੀਆਂ ਵਿਧਵਾ ਪਤਨੀਆਂ, ਦੋ ਵਿਧਵਾ ਪਤਨੀਆਂ ਆਉਣਗੀਆਂ, ਰਾਮ ਕੌਰ ਅਤੇ ਰਾਜ ਕੌਰ, ਦੋਨਾਂ ਦੇ ਦੁਆਰਾ ਮਹਾਰਾਜਾ ਰਣਜੀਤ ਸਿੰਘ ਦਾ ਟਕਰਾ ਕੀਤਾ ਜਾਂਦਾ ਹੈ, ਲੇਕਿਨ ਹਾਰਨ ਤੋਂ ਬਾਅਦ ਨਵਾਂ ਸ਼ਹਿਰ ਰੁੜਕਾ ਦੇ ਪ੍ਰਦੇਸ਼ ਜੋ ਹਨ ਉਹ ਮਹਾਰਾਜਾ ਰਣਜੀਤ ਸਿੰਘ ਦੇ ਦੁਆਰਾ ਆਪਣੀ ਮਿਸਲ ਵਿੱਚ ਮਿਲਾ ਲਏ ਜਾਂਦੇ ਹਨ। ਨਕਈ ਮਿਸਲ 1807 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਜੋ ਰਾਣੀ ਰਾਜ ਕੌਰ ਹੈ ਉਸਦਾ ਭਤੀਜਾ ਸੀ ਕਾਹਨ ਸਿੰਘ ਨਕਈ। ਕਾਹਨ ਸਿੰਘ ਨਕਈ ਨੂੰ ਕਈ ਵਾਰ ਸੱਦਾ ਭੇਜਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੋ ਹਨ ਉਹਨਾਂ ਨੂੰ ਬੁਲਾ ਰਹੇ ਹਨ, ਲੇਕਿਨ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਦੀ ਅਦਲੀ ਕਰਦਾ ਹੈ, ਜਿਸ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਦੁਆਰਾ 1810 ਈਸਵੀ ਨੂੰ ਮੋਹਕਮ ਚੰਦ ਦੀ ਅਗਵਾਈ ਵਿੱਚ ਉਹਦੇ ਵਿਰੁੱਧ ਸੈਨਾ ਭੇਜੀ ਜਾਂਦੀ ਹੈ ਅਤੇ ਚੂਨੀਆਂ, ਬਰਕਪੁਰ, ਕੋਟ ਕਮਾਲੀਆਂ ਦੇ ਇਲਾਕੇ ਜੋ ਹਨ ਉਹਨਾਂ 'ਤੇ ਅਧਿਕਾਰ ਕਰਕੇ ਕਾਹਨ ਸਿੰਘ ਨੂੰ 20,000 ਰੁਪਏ ਸਲਾਨਾ ਆਮਦਨ ਵਾਲੀ ਜੋ ਜਗੀਰ ਹੈ ਉਹ ਦੇ ਦਿੱਤੀ ਜਾਂਦੀ ਹੈ। ਅਗਲੀ ਆਉਂਦੀ ਹੈ ਸਾਡੀ ਫੈਜ਼ਲਪੁਰੀਆ ਮਿਸਲ 1811 ਵਿੱਚ। ਫੈਜ਼ਲਪੁਰੀਆ ਮਿਸਲ ਦਾ ਸਰਦਾਰ ਸੀ ਬੁੱਧ ਸਿੰਘ, ਠੀਕ ਹੈ। ਬੁੱਧ ਸਿੰਘ ਦੇ ਦੁਆਰਾ ਮਹਾਰਾਜਾ ਰਣਜੀਤ ਸਿੰਘ ਦੀ ਅਧੀਨਤਾ ਸਵੀਕਾਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ, ਜਿਸ ਕਰਕੇ ਮੋਹਕਮ ਚੰਦ ਦੀ ਅਗਵਾਈ ਵਿੱਚ ਸੈਨਾ ਭੇਜੀ ਜਾਂਦੀ ਹੈ। ਫਤਿਹ ਸਿੰਘ ਆਹਲੂਵਾਲੀਆ ਅਤੇ ਜੋਤ ਸਿੰਘ ਰਾਮਗੜੀਆ ਇਹ ਦੋਨੋਂ ਹੀ ਮਹਾਰਾਜਾ ਰਣਜੀਤ ਸਿੰਘ ਦਾ ਜੋ ਹੈ ਉਹ ਸਾਥ ਦਿੰਦੇ ਹਨ। ਬੁੱਧ ਸਿੰਘ ਜੋ ਹੈ ਉਹ ਹਾਰ ਜਾਂਦਾ ਹੈ, ਜਿਸ ਕਰਕੇ ਭੱਜ ਕੇ ਜਾਨ ਬਚਾਉਂਦਾ ਹੈ। ਦੂਸਰੀ ਤਰਫ ਦੇਖੋ ਤਾਂ ਜਲੰਧਰ, ਬਹਿਰਾਮਪੁਰ ਅਤੇ ਪੱਟੀ ਇਹ ਇਲਾਕੇ ਮਹਾਰਾਜਾ ਰਣਜੀਤ ਸਿੰਘ ਦੇ ਅੰਡਰ ਆ ਜਾਂਦੇ ਹਨ। ਹੁਣ ਇਹ ਸੀ ਸਾਡੀ ਉਹਨਾਂ ਦੀਆਂ ਮੁੱਢਲੀਆਂ ਜਿੱਤਾਂ। ਜਿਹੜਾ ਹੁਣ ਅਸੀਂ ਨੈਕਸਟ ਟੋਪਿਕ ਸਟੱਡੀ ਕਰਨਾ ਹੈ ਉਹ ਹੈ ਸਾਡਾ ਮੁਸਲਿਮ ਇਲਾਕਿਆਂ ਦੀ ਜਿੱਤਾਂ, ਜਿਹਦੇ ਵਿੱਚ ਆਏਗੀ ਸਾਡੀ ਕਸੂਰ ਦੀ ਜਿੱਤ ਆਈ, ਭੰਗ ਦੀ ਜਿੱਤ, ਬਹਾਵਲਪੁਰ ਦੀ, ਖੁਬਾਬ ਅਤੇ ਸਾਹੀਵਾਲ ਦੀ। ਉਸ ਤੋਂ ਅੱਗੇ ਆਉਣਗੇ ਸਾਡੇ ਪਹਾੜੀ ਰਾਜਿਆਂ ਦੀਆਂ ਜਿਹੜੀਆਂ ਜਿੱਤਾਂ, ਠੀਕ ਹੈ। ਫਿਰ ਮਿੱਤਰ ਰਾਜਿਆਂ ਦੇ ਕਬਜ਼ਾ ਕਿਸ ਤਰ੍ਹਾਂ ਕੀਤਾ ਮਹਾਰਾਜਾ ਰਣਜੀਤ ਸਿੰਘ ਦੇ ਨੇ, ਠੀਕ ਹੈ। ਇਹ ਸਾਰੇ ਹੀ ਜਿਹੜੇ ਹੈਗੇ ਨੇ ਸਾਨੂੰ ਅਸੀਂ ਜਿਹੜੇ ਹੈਗੇ ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਵਿੱਚ ਸਟੱਡੀ ਕਰਨਾ, ਲੇਕਿਨ ਅੱਜ ਦੇ ਟੋਪਿਕ ਵਿੱਚ ਅਸੀਂ ਸਿਰਫ ਇੰਨਾ ਹੀ ਸਟੱਡੀ ਕਰਨਾ ਹੈਗਾ ਹੈ। ਜਿੰਨਾ ਕਰਵਾਇਆ ਗਿਆ ਹੈਗਾ ਉਹਨੂੰ ਇੱਕ ਵਾਰੀ ਜ਼ਰੂਰ ਰੀਡ ਆਊਟ ਕਰ ਲਿਓ ਅਤੇ ਇੱਕ ਵਾਰੀ ਵੀਡੀਓ ਜਿਹੜੀ ਹੈਗੀ ਦੁਬਾਰਾ ਤਾਂ ਦੇਖ ਲਿਓ, ਤਾਂ ਕਿ ਸਾਰੇ ਜਿਹੜੇ ਟੋਪਿਕ ਹੈਗੇ ਉਹ ਕਲੀਅਰ ਹੋ ਜਾਣ। ਕੱਲ੍ਹ ਜਿਹੜਾ ਅਗਲਾ ਟੋਪਿਕ ਆਏਗਾ ਉਹ ਸਾਡਾ ਆਏਗਾ ਮੁਸਲਿਮ ਇਲਾਕਿਆਂ ਦੀ ਜਿੱਤ, ਠੀਕ ਹੈ। ਥੈਂਕ ਯੂ। ਅਤੇ ਆਉਣ ਵਾਲੇ ਸਮੇਂ ਵਿੱਚ ਵੀ ਚੈਨਲ ਨਾਲ ਜੁੜੇ ਰਹੋ ਤਾਂ ਕਿ ਤੁਹਾਨੂੰ ਵੀਡੀਓਜ਼ ਜਿਹੜੀਆਂ ਹੈਗੀਆਂ ਨੇ ਟਾਈਮ ਟੂ ਟਾਈਮ ਮਿਲ ਜਾਣ। ਥੈਂਕ ਯੂ।